ਜਲੰਧਰ ਵਿੱਚ ਆਮ ਆਦਮੀ ਪਾਰਟੀ ਦੇ ਨੇਤਾ ਸੁਖਪਾਲ ਖਹਿਰਾ ਤੇ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਨਜੀਤ ਸਿੰਘ ਬੈਂਸ ਨੇ ਉਸ ਲੜਕੀ ਨੂੰ ਨਾਲ ਲਿਜਾ ਕੇ ਪ੍ਰੈਸ ਕਾਨਫਰੰਸ ਕੀਤੀ ਜਿਸ ਨੇ ਡੀਐਸਪੀ ਦਲਜੀਤ ਸਿੰਘ ਢਿੱਲੋਂ ਤੇ ਖੁਦ ਨੇ ਅਤੇ ਦੂਜੀਆਂ ਲੜਕੀਆਂ ਨੂੰ ਨਸ਼ਿਆਂ ਦੀ ਲੱਤ ਲਗਾ ਕੇ ਸਰੀਰਕ ਸ਼ੋਸ਼ਣ ਕਰਨ ਦੇ ਦੋਸ਼ ਲਗਾਏ ਹਨ। ਇਹ ਲੜਕੀ ਕਪੂਰਥਲਾ ਦੇ ਨਸ਼ਾ ਛੁਡਾਓ ਕੇਂਦਰ ਵਿੱਚ ਭਰਤੀ ਸੀ ਜਿਸ ਨੇ ਸਿਹਤ ਮੰਤਰੀ ਅਤੇ ਮੀਡੀਆ ਸਾਹਮਣੇ ਇਹ ਬਿਆਨ ਦਿੱਤਾ। ਅੱਜ ਤੁਹਾਨੂੰ ਪਤਾ ਵਾ ਕਿ ਜਿਹੜਾ ਉੱਠਿਆ ਹੋਇਆ ਕੱਲ ਦਾ ਇਲੈਕਟ੍ਰੋਨਿਕ ਮੀਡੀਆ 'ਚ ਔਰ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਕਪੂਰਥਲੇ ਡੀ ਐਡਿਕਸ਼ਨ ਸੈਂਟਰ ਦੇ ਵਿੱਚ ਇੱਕ ਔਰ ਦੋ ਔਰਤਾਂ ਨੇ ਸ਼ਾਇਦ ਜੋ ਉਹਨਾਂ ਜਿਸ ਢੰਗ ਦੇ ਨਾਲ ਉਹ ਡਰੱਗਸ ਵਿੱਚ ਪੁਸ਼ ਹੋਈਆਂ ਸੀਗੀਆਂ ਉਹ ਸਾਰੀ ਗੱਲ ਉਹਨਾਂ ਨੇ ਬਿਆਨ ਕੀਤੀ ਸੀਗੀ ਇਲੈਕਟ੍ਰੋਨਿਕ ਮੀਡੀਆ ਦੇ ਕੋਲ। ਔਰ ਉਸ ਤੋਂ ਬਾਅਦ ਮੇਰਾ ਇਹ ਅੱਜ ਮੇਰਾ ਮਨ ਸੀਗਾ ਕਿ ਮੈਂ ਅੱਜ ਸਵੇਰੇ ਜਾ ਕੇ ਉਹਨਾਂ ਨੂੰ ਉਹ ਡੀ ਐਡਿਕਸ਼ਨ ਸੈਂਟਰ 'ਚ ਕਪੂਰਥਲੇ ਆਪ ਮਿਲ ਕੇ ਆਵਾਂ, ਬਟ ਟੂ ਮਾਈ ਅਟਰ ਸਰਪ੍ਰਾਈਜ਼ ਜਦੋਂ ਮੈਂ ਪਹੁੰਚਿਆ ਹੌਸਪੀਟਲ ਤੇ ਜਿਹੜਾ ਡੀ ਐਡਿਕਸ਼ਨ ਸੈਂਟਰ ਇਕੱਲਾ ਔਰਤਾਂ ਦਾ ਸੀਗਾ ਉਸ ਨੂੰ ਉਹ ਲੌਕ ਕੀਤਾ ਹੋਇਆ ਸੀਗਾ, ਤਾਲਾ ਲੱਗਿਆ ਹੋਇਆ ਸੀਗਾ। ਔਰ ਜਦੋਂ ਮੈਂ ਕੁਐਸਚਨਿੰਗ ਕੀਤੀ ਤਾਂ ਉਹ ਕਹਿੰਦੇ ਜੀ ਕਿ ਜਿਹੜੇ ਇੱਥੇ ਇਨਮੇਟ ਸੀਗੇ ਜਿਹੜੀਆਂ ਲੜਕੀਆਂ ਲੇਡੀਜ਼ ਸੀਗੀਆਂ ਉਹਨਾਂ ਨੂੰ ਉਹ ਛੁੱਟੀ ਲੈ ਕੇ ਇੱਥੋਂ ਚਲੇ ਗਈਆਂ ਕਿ ਉਹਨਾਂ ਦੀ ਮਤਲਬ ਕਿ ਟ੍ਰੀਟਮੈਂਟ ਪੂਰੀ ਹੋ ਚੁੱਕੀ ਹੈ, ਜਿਹੜਾ ਕਿ ਮੈਂ ਸਮਝਦਾ ਕਿ ਤੱਥਾਂ ਤੋਂ ਦੂਰ ਸੀਗਾ, ਠੀਕ ਗੱਲ ਨਹੀਂ ਸੀਗੀ। ਔਰ ਮੈਂ ਇਹ ਵੀ ਦੇਖਿਆ ਕਿ ਕਿਉਂਕਿ ਮਿਨਿਸਟਰ ਗਿਆ ਸੀ ਉਸ ਡੀ ਐਡਿਕਸ਼ਨ ਸੈਂਟਰ ਨੂੰ ਇਨੋਗਰੇਟ ਕਰਨ ਵਾਸਤੇ, ਇੱਕ ਮਿੰਟ, ਇਸ ਲਈ ਉਹਨਾਂ ਨੇ ਮੇਰਾ ਖਿਆਲ ਮਿਨਿਸਟਰ ਦੇ ਹੁੰਦਿਆਂ ਇੱਕ ਪੂਰਾ ਜਿੱਦਾਂ ਛੋਟੀ ਜਿਹੀ ਸ਼ਾਰਟ ਫਿਲਮ ਦੀ ਸਕ੍ਰਿਪਟ ਲਿਖੀ ਦੀ ਹੈ ਕਿ ਕਿਹੜੇ ਕਿਹੜੇ ਕਲਾਕਾਰ ਹੋਣਗੇ, ਕੀ ਕੀ ਬੋਲਣਗੇ, ਫੀਤਾ ਕੱਟਿਆ ਜਾਊਗਾ, ਤਸਵੀਰਾਂ ਆ ਜਾਣਗੀਆਂ ਅਤੇ ਕੰਮ ਹੋ ਜਾਊਗਾ। ਅਤੇ ਉਸ ਤੋਂ ਬਾਅਦ ਉਹਨਾਂ ਨੇ ਉਹਨਾਂ ਨੂੰ ਉੱਥੋਂ, ਕਿਉਂਕਿ ਇਹ ਵੋਕਲੀ ਇਹਨਾਂ ਲੇਡੀਜ਼ ਨੇ ਆਪਣਿਆਂ ਦੁਆਰਾ ਜੋ ਇਹਨਾਂ ਦੇ ਨਾਲ ਹੱਡ ਬੀਤੀ ਆ ਉਹ ਬਿਆਨ ਕਰਦੀ, ਇਸ ਲਈ ਉਹਨਾਂ ਨੂੰ ਉੱਥੋਂ ਡੀ ਐਡਿਕਸ਼ਨ ਸੈਂਟਰ ਤੋਂ ਮੇਰੇ ਹਿਸਾਬ ਦੇ ਨਾਲ ਤੋੜ ਦਿੱਤਾ ਗਿਆ। ਐਂਡ ਵਾਈਲ ਆਈ ਵਾਸ ਟ੍ਰਾਈਂਗ ਟੂ ਲੋਕੇਟ ਡੈਮ ਤਾਂ ਮੈਨੂੰ ਸਰਦਾਰ ਸਿਮਰਜੀਤ ਸਿੰਘ ਬੈਂਸ ਦੀ ਸਵੇਰੇ ਕਾਲ ਆਉਂਦੀ ਆ ਕਿ ਇਹ ਲੜਕੀ ਜਿਹੜੀ ਆ ਇਫੈਕਟਿਡ ਆ, ਇਹ ਸਾਡੇ ਲੁਧਿਆਣੇ ਦੀ ਆ ਐਂਡ ਇਹਨਾਂ ਨੂੰ ਨੋਨ ਸੀ ਔਰ ਇਹ ਵੀ ਦੱਸਿਆ ਕਿ ਅੱਛੇ ਪਰਿਵਾਰ ਨਾਲ ਤੋਲਕ ਰੱਖਣ ਵਾਲੇ ਆ, ਰੀਜ਼ਨੇਬਲ ਐਜੂਕੇਸ਼ਨ ਰੱਖਣ ਵਾਲੀ ਆ। ਔਰ ਇਹ ਕਹਿੰਦੇ ਕਿ ਉਹਨਾਂ ਨੇ ਆਪਣਾ ਪੂਰਾ ਸਟੇਟਮੈਂਟ ਮੀਡੀਆ ਨੂੰ ਦੇਣਾ ਚਾਹੁੰਦੇ ਨੇ। ਇਹਨਾਂ ਨੇ ਫਿਰ ਉਹਨਾਂ ਦੀ ਸਾਰੀ ਸਟੇਟਮੈਂਟ ਜਿਹੜੀ ਆ ਉਹ ਬਕਾਇਦਾ ਤੌਰ 'ਤੇ ਇਹਨਾਂ ਦਾ ਜੋ ਵੀ ਵਾਪਰਿਆ ਹੋਇਆ ਉਹ ਸਾਰੀ ਸਟੇਟਮੈਂਟ ਇਹਨਾਂ ਤੋਂ ਲਿਖਤੀ ਤੌਰ 'ਤੇ ਲਈ ਆ, ਜਿਹੜਾ ਕਿ ਅਸੀਂ ਤੁਹਾਨੂੰ ਆਫਟਰ ਵਾਈਲ ਮਨੀਸ਼ ਆਣ ਕੇ ਤੁਹਾਨੂੰ ਸਾਰੇ ਉਹ ਸਟੇਟਮੈਂਟ ਦੀ ਕਾਪੀਜ਼ ਦੇ ਦੇਗਾ। ਇਨ ਦਾ ਮੀਨ ਟਾਈਮ ਅਸੀਂ ਤੁਹਾਡਾ ਇਹਨਾਂ ਦੀ ਗੱਲ ਕਰਾਉਣਾ, ਪਰ ਉਹ ਤੋਂ ਪਹਿਲਾਂ ਮੈਂ ਕਹਿਣਾ ਚਾਹੁੰਦਾ ਕਿ ਜਿਹੜਾ ਕੈਪਟਨ ਅਮਰਿੰਦਰ ਸਿੰਘ ਹੋਣਾ ਨੇ ਗੁਟਕਾ ਸਾਹਿਬ ਚੱਕ ਕੇ ਸਹੁੰ ਖਾਧੀ ਸੀਗੀ ਉਹ ਸਹੁੰ ਜ਼ਮੀਨ ਤੋਂ ਆਵਾਜ਼ਾਂ ਆ ਰਹੀਆਂ ਕਿ ਉਹ ਸਹੁੰ ਝੂਠੀ ਸਾਬਤ ਹੋ ਗਈ ਹੈ, ਹੋ ਚੁੱਕੀ ਹੈ ਸਾਬਤ, ਕਿਉਂਕਿ ਪਿਛਲੇ ਕੁਛ ਦਿਨਾਂ 'ਚ ਸੋਸ਼ਲ ਮੀਡੀਆ ਦੇ ਉੱਤੇ ਜਿਸ ਢੰਗ ਦੇ ਨਾਲ ਨੌਜਵਾਨਾਂ ਦੀਆਂ ਬਹੁਤ ਜਿਹਨੂੰ ਕਹਿੰਦੇ ਸੈਂਸੇਸ਼ਨਲ ਡੈਥਸ ਹੋਈਆਂ ਨੇ, ਲਾਰਜ ਨੰਬਰਸ, ਮੇ ਬੀ ਨੋ ਆਈ ਥਿੰਕ ਮੋਰ ਦੈਨ 1 ਡਜ਼ਨ ਪੀਪਲ ਹੈਵ ਡਾਈਡ ਔਨ ਦ ਸੋਸ਼ਲ ਮੀਡੀਆ। ਔਰ ਕੱਲ੍ਹ ਮੈਂ ਇੱਕ ਥੋੜ੍ਹਾ ਟੂਰ ਕੀਤਾ ਸੀ ਸਟੇਟ ਦਾ, ਸਟਾਰਟਿੰਗ ਫਰੋਮ ਕੋਟਕਪੂਰਾ ਟੂ ਤਰਨ ਤਾਰਨ ਟੂ ਅੰਮ੍ਰਿਤਸਰ, ਅਤੇ ਜਦੋਂ ਮੈਂ ਸਫ਼ਰ ਕਰ ਵੀ ਰਿਹਾ ਸੀਗਾ ਅੰਮ੍ਰਿਤਸਰ ਪਹੁੰਚੇ ਤਾਂ ਕਹਿੰਦੇ ਜੀ ਅੱਜ ਇੱਕ ਮੌਤ ਪਠਾਨਕੋਟ ਦੇ ਵਿੱਚ ਵੀ ਹੋ ਗਈ ਆ, ਅਤੇ ਮੋਡਸ ਅਪਰੈਂਡੀ ਜਾਂ ਜਿਹੜਾ ਮੌਤ ਦਾ ਜਿਹੜਾ ਹੈ ਜਿਹੜਾ ਭਿਆਨਕ ਸੀਨ ਹੈ ਉਹ ਤਕਰੀਬਨ ਸਾਰਿਆਂ ਦਾ ਰਲਦਾ ਮਿਲਦਾ ਸੀਗਾ ਕਿ ਜਾਂ ਤਾਂ ਸਰਿੰਜ ਅੱਧੀ ਲੱਗੀ ਹੁੰਦੀ ਸੀਗੀ ਅਤੇ ਬੰਦਾ ਮਰਿਆ ਪਿਆ ਵਾ, ਅਤੇ ਜਾਂ ਸਰਿੰਜਾਂ ਉਹਨਾਂ ਦੇ ਹੱਥਾਂ ਵਿੱਚ ਨੇ ਜਾਂ ਸਰਿੰਜਾਂ ਉਹਨਾਂ ਦੇ ਲਾਗੇ ਪਈਆਂ ਨੇ, ਔਰ ਜਿਹੜਾ ਜਿਹੜਾ ਕੈਮੀਕਲ ਯੂਜ਼ ਕਰ ਰਹੇ ਨੇ ਗੋਡ ਓਨਲੀ ਨੋਜ਼ ਵਾਟ ਇਟ ਇਜ਼, ਆਈ ਥਿੰਕ ਇਟ ਇਜ਼ ਵੈਰੀ ਡੇਂਜਰਸ। ਸੋ ਇਹ ਸਾਰੇ ਦ੍ਰਿਸ਼ ਨੇ ਇੱਕ ਵਾਰ ਫਿਰ ਪੰਜਾਬ ਦਾ ਜਿਹੜਾ ਬਰਨਿੰਗ ਇਸ਼ੂ ਡਰੱਗਸ ਦਾ ਉਹ ਸੈਂਟਰ ਸਟੇਜ 'ਤੇ ਲੈ ਕੇ ਆਏ ਆ। ਔਰ ਕੈਪਟਨ ਅਮਰਿੰਦਰ ਸਿੰਘ ਅਤੇ ਉਹਨਾਂ ਦੀ ਸਰਕਾਰ ਭਾਵੇਂ ਕਿੰਨੇ ਹੀ ਤੱਥ ਲੁਕੋਵੇ, ਅਸਲੀਅਤ ਇਹ ਹੈ ਕਿ ਇਹ ਜਿਹੜਾ ਇਹ ਆਇਆ ਇਹ ਟ੍ਰੇਲਰ ਹੈ। ਮੈਨੂੰ ਪੜ੍ਹਨ ਨਹੀਂ ਲਾਇਆ, ਬਟ ਮੇਰਾ ਪੜ੍ਹਾਈ 'ਚ ਬਿਲਕੁਲ ਵੀ ਧਿਆਨ ਨਹੀਂ ਸੀਗਾ, ਪੜ੍ਹਾਈ 'ਚ ਦਿਲ ਨਹੀਂ ਕਰਦਾ ਸੀ, ਘਰਦਿਆਂ ਨੇ ਫੋਰਸ ਕੀਤਾ ਵੀ ਨਹੀਂ ਪੜ੍ਹ ਪੜ੍ਹ ਪੜ੍ਹ, ਮੈਂ ਘਰਦਿਆਂ ਤੋਂ ਬਕਾਇਦਾ ਬਾਹਰ ਹੋ ਕੇ ਆਪਣੀ ਪ੍ਰਾਈਵੇਟ ਜੋਬ ਕਰਨ ਲੱਗ ਗਈ, ਬਾਹਰ ਪੀਜੀ 'ਚ ਰਹਿਣ ਲੱਗ ਗਈ, 6 ਮਹੀਨੇ ਪ੍ਰਾਈਵੇਟ ਜੋਬ ਕੀਤੀ ਵੈਸਟਰਨ ਮਾਲ। ਉਸ ਤੋਂ ਬਾਅਦ ਮੈਨੂੰ ਮੇਰਾ ਸੰਪਰਕ ਰੁਪਿੰਦਰ ਮਾਨ ਦੀ ਕੁੜੀ ਨਾਲ ਹੋਇਆ, ਉਹਨਾਂ ਨੇ ਮੈਨੂੰ ਅਮਨ ਨਾਲ ਮਿਲਾਇਆ ਜੋ ਕਿ ਆਪਣੇ ਆਪ ਨੂੰ ਕਾਂਗਰਸ MLA ਦਾ ਮੁੰਡਾ ਕਹਾਉਂਦਾ ਸੀ। ਉਹ ਮੈਨੂੰ ਉੱਚੀ ਬੋਲਣਾ ਪੈਣਾ ਤੁਹਾਨੂੰ ਨਾ, ਲਿਟਲ ਬਿਟ ਬੋਲ ਥੋੜਾ, ਕਾਂਗਰਸ MLA ਦਾ ਕੁਰਸੀ ਅੱਗੇ ਕਰ, ਥੋੜੀ ਅੱਗੇ ਕਰ, ਕੁਰਸੀ ਅੱਗੇ ਕਰ, ਇਸੇ ਦੇ ਨੇੜੇ ਮੂੰਹ ਕਰ, ਨੇੜੇ ਮੂੰਹ। ਰੁਪਿੰਦਰ ਮੈਨੂੰ ਕਿਸੇ ਨੇ ਮਿਲਵਾਇਆ ਸੀ, ਰੁਪਿੰਦਰ ਕੁੜੀ ਸੀਗੀ ਜੋ ਕਿ ਮੈਰਿਡ ਸੀਗੀ, ਉਹਦਾ ਡਿਵੋਰਸ ਹੋਇਆ ਸੀ, ਲੁਧਿਆਣੇ ਵੇਰਕਾ ਮਿਲਕ ਪਲਾਂਟ ਕੋਲੇ ਰਹਿੰਦੀ ਸੀ।
ਉਹਨੇ ਮੈਨੂੰ ਅਮਨ ਨਾਮ ਦੇ ਮੁੰਡੇ ਨਾਲ ਬੁਲਾਇਆ ਜਲੰਧਰ ਬਾਈਪਾਸ ਤੋਂ। ਲਿਖਤੀ ਵੀ ਦੇ ਰਹੇ ਤੁਹਾਨੂੰ ਵੈਸੇ ਅਮਨ ਕੋਈ ਸੀਗਾ ਉਹ ਕਾਂਗਰਸ ਦੇ ਐਮਐਲਏ ਦਾ ਆਪਣੇ ਆਪ ਨੂੰ ਕਲੇਮ ਕਰਦਾ ਸੀ ਅਮਨ। ਉਸ ਤੋਂ ਬਾਅਦ ਮਤਲਬ ਮੈਨੂੰ ਰੁਪਿੰਦਰ ਅਤੇ ਅਮਨ ਨੇ ਬਹੁਤ ਫੋਰਸ ਕੀਤਾ ਵੀ ਆਪਾਂ ਤਰਨ ਤਾਰਨ ਕਿਸੇ ਕੰਮ ਜਾਣਾ ਵਾ। ਮੈਨੂੰ ਰੁਪਿੰਦਰ ਦੀ ਕਿਸੇ ਕਾਰਨ ਤਬੀਅਤ ਖਰਾਬ ਹੋ ਗਈ, ਅਮਨ ਮੈਨੂੰ ਜ਼ਬਰਦਸਤੀ ਤਰਨ ਤਾਰਨ ਲੈ ਗਿਆ ਵੀ ਆਪਾਂ ਦਰਬਾਰ ਸਾਹਿਬ ਵੀ ਮੱਥਾ ਟੇਕਣ ਜਾਣਾ। ਇਨੋਵਾ ਗੱਡੀ ਸੀ, 4 ਨੰਬਰ ਸੀ, ਸਿਲਵਰ ਰੰਗ ਦੀ। ਉੱਥੇ ਜਾ ਕੇ ਦਲਜੀਤ ਢਿੱਲੋਂ ਨੂੰ ਮਿਲੇ, ਜਿਨ੍ਹਾਂ ਦੀ ਮੈਂ ਲੋਕੇਸ਼ਨ ਵੀ ਦੱਸ ਸਕਦੀ ਹਾਂ। ਆਈ ਸੀ ਆਈ ਬੈਂਕ ਦੇ ਕੋਲ ਬਾਜ਼ਾਰ 'ਚ ਘਰ ਆ, ਉਹ ਕਪਤਾਨ ਨੂੰ ਪੁਲਿਸ ਲਿਖਿਆ ਹੋਇਆ, ਘਰ ਦੇ ਬਾਹਰ ਸਰਕਾਰੀ ਕੋਠੀ ਸੀ। ਉੱਥੇ ਅੰਦਰ ਲੈ ਗਿਆ, ਪਹਿਲਾਂ ਜਾਂਦਿਆਂ ਨੂੰ ਕੋਲਡ ਡਰਿੰਕ ਪਿਲਾਈ, ਫਿਰ ਰੋਟੀ ਖਿਲਾਈ। ਉਸ ਤੋਂ ਬਾਅਦ ਉਹਨੇ ਮੇਰੇ ਅੱਗੇ ਨਸ਼ੇ ਦੀ ਡਲੀ ਧਰਤੀ ਹੀਰੋਇਨ ਦੀ। ਮੈਨੂੰ ਇਹ ਗੱਲ ਕਹੀ ਵੀ ਤੁਸੀਂ ਕਦੀ ਪੀਤਾ, ਟਰਾਈ ਕੀਤਾ? ਅੱਜ ਕੱਲ੍ਹ ਕੁੜੀਆਂ ਦਾ ਕਹਿੰਦਾ ਟਰੈਂਡ ਆ ਵੀ ਹਾਂ ਫੈਸ਼ਨ ਹੋ ਗਿਆ ਵੀ ਤੁਸੀਂ ਵੀ ਪੀ ਕੇ ਦੇਖੋ। ਜਿਹੜਾ ਕਿ ਉਹਦੇ ਘਰ ਰੋਟੀ ਬਣਾਉਂਦਾ ਸੀ ਅਸ਼ੋਕ ਨਾਮ ਦਾ ਬੰਦਾ, ਉਹਨੇ ਫਿਰ ਮੈਨੂੰ ਰੈਪ ਪੇਪਰ ਅਤੇ ਲਾਈਟਰ ਲਿਆ ਕੇ ਦਿੱਤਾ। ਜਿਹੜਾ ਦਲਜੀਤ ਢਿੱਲੋਂ ਸੀ ਉਹਨੇ ਮੈਨੂੰ ਪੀਣਾ ਸਿਖਾਇਆ। ਉਸ ਤੋਂ ਬਾਅਦ ਰਾਤ ਨੂੰ ਅਸੀਂ ਵਾਪਿਸ ਆ ਗਏ, ਦਲਜੀਤ ਨੇ ਮੈਨੂੰ ਥੋੜ੍ਹਾ ਜਿਹਾ ਨਸ਼ਾ ਵੀ ਦਿੱਤਾ। ਉਹਨੇ ਮੈਨੂੰ ਆਪਣਾ ਨੰਬਰ ਦਿੱਤਾ ਵੀ ਹਾਂ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ, ਆ ਜਿਓ। 15-20 ਦਿਨ ਬਾਅਦ ਜਦੋਂ ਮਤਲਬ ਮੈਂ ਨਸ਼ੇ ਦੀ ਆਦੀ ਹੋ ਗਈ, ਲੈਣ ਲੱਗ ਗਈ ਸ਼ੌਂਕ ਸ਼ੌਂਕ 'ਚ, ਮਤਲਬ ਮੈਂ ਉਹਨੂੰ ਕਾਲ ਕੀਤੀ, ਉਹ ਮੈਨੂੰ ਕਹਿੰਦਾ ਆਪਣੀ ਫਰੈਂਡ ਰੁਪਿੰਦਰ ਕੌਰ ਨੂੰ ਵੀ ਨਾਲ ਲੈ ਕੇ ਆਈ। ਮੈਂ ਲੈ ਗਈ ਉਹਨੂੰ, ਬਾਏ ਬੱਸ ਚਲੇ ਗਿਆ ਸੀ। ਤਕਰੀਬਨ ਉੱਥੇ 7:30 ਵਜੇ ਪਹੁੰਚੀ, ਉਹਦਾ ਗਨਮੈਨ ਅੱਗੋਂ ਕ੍ਰੀਮ ਕਲਰ ਦੀ ਸਕਾਰਪੀਓ 'ਚ ਲੈਣ ਆਇਆ, ਜਿਹਦੇ 'ਤੇ ਬਲੈਕ ਕਲਰ ਦੀਆਂ ਜਾਲੀਆਂ ਲੱਗੇ ਸੀ, ਨੀਲੀ ਬੱਤੀ ਲੱਗੀ ਸੀ ਗੱਡੀ 'ਚ। ਘਰੇ ਲੈ ਗਿਆ, ਉਹਨੇ ਬੀਅਰ ਨੂੰ ਫੋਰਸ ਕੀਤਾ ਵੀ ਹਾਂ ਤੁਸੀਂ ਬੀਅਰ ਪੀਓ, ਪਰ ਅਸੀਂ ਕਿਹਾ ਸੀ ਨਹੀਂ ਪੀਣੀ। ਫਿਰ ਉਹਨੇ ਸਾਨੂੰ ਚਿੱਟੇ ਦੀ ਡਲੀ ਦਿੱਤੀ, ਅਸੀਂ ਦੋਨਾਂ ਨੇ ਲਾਇਆ। ਫਿਰ ਉਹ ਮੈਨੂੰ ਉੱਪਰ ਸੈਕਸ ਦੇ ਬੇਸ 'ਤੇ ਲੈ ਗਿਆ ਵੀ ਹਾਂ ਜ਼ਬਰਦਸਤੀ ਸੈਕਸ ਕਰਨ ਦੀ ਕੋਸ਼ਿਸ਼ ਕੀਤੀ। ਉਸ ਤੋਂ ਬਾਅਦ ਸਵੇਰੇ ਅਸੀਂ ਨੀਚੇ ਆ ਗਏ, ਉਹਨੇ ਮੈਨੂੰ ਕਿਹਾ ਕਿ ਹਾਂ ਮੈਂ ਤੈਨੂੰ ਥੋੜ੍ਹਾ ਜਿਹਾ ਨਸ਼ਾ ਦਿੰਦਾ। ਮੈਂ ਕਿਹਾ ਇਹਦੇ ਨਾਲ ਸਾਡਾ ਕੁਛ ਨਹੀਂ ਬਣਨਾ ਵੀ ਹਾਂ ਮੈਨੂੰ ਹੋਰ ਨਸ਼ੇ ਦੀ ਲੋੜ ਆ। ਉਹਨੇ ਕਿਹਾ ਵੀ ਮੈਂ ਤੈਨੂੰ ਕੰਡੇ ਨਾਲ 5 ਗ੍ਰਾਮ ਤੋਲ ਕੇ ਦਿੰਦਾ। ਉਹ ਕੀ ਮੈਨੂੰ ਆਪਣੇ ਰੂਮ 'ਚ ਉੱਪਰ ਲੈ ਗਿਆ, ਸਟੋਰ ਸੀਗਾ ਉੱਥੇ, ਉਹਨੇ ਮੈਨੂੰ ਨਸ਼ਾ ਦਿਖਾਇਆ ਦਿੱਤਾ। ਉਸ ਤੋਂ ਬਾਅਦ ਉਹਨੇ ਸਾਨੂੰ ਬੱਸ ਚੜ੍ਹਾਤਾ ਅਸ਼ੋਕ ਨੇ। ਫਿਰ ਕਹਿੰਦਾ ਕਿ ਹਾਂ ਜਦੋਂ ਹੁਣ ਤੂੰ ਨਸ਼ਾ ਲੈਣ ਆਉਣਾ ਮੈਂ ਪੈਸਿਆਂ ਦਾ ਦੇਣਾ, ਮੈਂ ਤੈਨੂੰ ਫ੍ਰੀ ਨਹੀਂ ਦੇ ਸਕਦਾ ਵੀ ਹਾਂ ਤੂੰ ਕੁੜੀਆਂ ਲੈ ਕੇ ਆ ਤਾਂ ਨਸ਼ਾ ਲੈ ਜਾ। ਉਸ ਤੋਂ ਬਾਅਦ ਉਹਨੇ ਮੈਨੂੰ ਮੇਰੇ ਟੱਚ 'ਚ ਕੋਈ ਗੱਲ ਨਹੀਂ ਕੀਤੀ। ਮਤਲਬ ਫਿਰ ਇੱਕ ਮੇਰੀ ਫਰੈਂਡ ਸੀਗੀ ਪ੍ਰੀਤ, ਮੈਨੂੰ ਕਹਿੰਦਾ ਇੱਕ ਦਿਨ ਕਾਲ ਕਰਕੇ ਵੀ ਹਾਂ ਜੇ ਕਿਸੇ ਨੇ ਨਸ਼ਾ ਲੈਣਾ ਤਾਂ ਮੈਂ ਸਸਤਾ ਦੇ ਦਿੰਦਾ 2000 ਦੇ ਹਿਸਾਬ ਨਾਲ। ਮੇਰੀ ਫਰੈਂਡ ਸੀਗੀ ਜੋ ਕਿ ਪ੍ਰੀਤ ਮੁੱਲਾਪੁਰ ਦੀ, ਉਹਨਾਂ ਦੀ ਉਦੋਂ ਬਦਲੀ ਹੋ ਚੁੱਕੀ ਸੀ ਦਲਜੀਤ ਢਿੱਲੋਂ ਦੀ ਕਪੂਰਥਲਾ। ਕਪੂਰਥਲਾ ਉਹ ਨਸ਼ਾ ਲੈਣ ਗਈ, ਉਹਨੂੰ 2000 ਦੇ ਹਿਸਾਬ ਨਾਲ 10 ਗ੍ਰਾਮ ਨਸ਼ਾ ਦਿੱਤਾ। ਉਸ ਤੋਂ ਬਾਅਦ ਉਹਨੇ ਆ ਕੇ ਮੈਨੂੰ 1 ਗ੍ਰਾਮ ਫ੍ਰੀ ਲਵਾਇਆ ਕਿ ਹਾਂ ਤੇਰਾ ਬਹੁਤ ਬਹੁਤ ਧੰਨਵਾਦ, ਮੈਨੂੰ ਸਸਤਾ ਨਸ਼ਾ ਮਿਲ ਗਿਆ। ਉਸ ਤੋਂ ਬਾਅਦ ਦਲਜੀਤ ਮੈਨੂੰ ਕਹਿੰਦਾ ਰਿਹਾ ਕਿ ਮੈਨੂੰ ਕੁੜੀਆਂ ਨਾਲ ਮਿਲਵਾ ਜਿਹੜੀਆਂ ਨਸ਼ਾ ਕਰਦੀਆਂ ਨੇ, ਮੈਂ ਪੈਸਿਆਂ ਦਾ ਦਊਂਗਾ, ਮੇਰੇ ਕੋਲ ਫੜਿਆ ਹੋਇਆ ਵਾ, ਮੇਰੇ ਕੋਲ 250-300 ਗ੍ਰਾਮ ਪਿਆ ਵਾ। ਉਸ ਤੋਂ ਬਾਅਦ ਮੈਂ ਆਪਣੀ ਪ੍ਰੀਤ ਤੋਂ ਸਹੇਲੀ ਤੋਂ ਲੈਂਦੀ ਰਹੀ ਨਸ਼ਾ, ਮੈਂ ਛੱਡਣ ਦੀ ਬਹੁਤ ਕੋਸ਼ਿਸ਼ ਕੀਤੀ। ਮੇਰੇ ਨਾਲ ਸੰਪਰਕ 'ਚ ਇੱਕ ਬਲਰਾਜ ਨਾਮ ਦਾ ਮੁੰਡਾ ਆਇਆ, ਮੈਂ ਉਹਦੇ ਨਾਲ ਪਤੀ ਪਤਨੀ ਵਾਲਾ ਰਿਲੇਸ਼ਨ ਬਣਾਇਆ ਮੁੱਲਾਪੁਰ 'ਚ। ਮੈਂ ਉਹਦੇ ਘਰ ਰਹੀ ਪਰ ਛੱਡਣ ਦੀ ਬਹੁਤ ਕੋਸ਼ਿਸ਼ ਕੀਤੀ, ਮਾਈਂਡ ਪਲੱਸ ਤੋਂ ਵੀ ਦਵਾਈ ਲਿਆਂਦੀ ਪਰ ਮੇਰੇ ਤੋਂ ਛੱਡ ਨਹੀਂ ਹੋਇਆ। 27 ਅਗਸਤ 2017 ਦੀ ਗੱਲ ਆ, ਉਹਨੇ ਸਲਫਾਸ ਪੀ ਲਈ, ਨਸ਼ੇ ਦੀ ਤੋੜ ਲੱਗੀ ਹੋਈ ਸੀਗੀ ਅਤੇ ਮਾਪਿਆਂ ਦਾ ਇਕੱਲਾ ਇਕੱਲਾ ਪੁੱਤ ਸੀਗਾ, ਉਹਦੀ ਜਾਨ ਚਲੀ ਗਈ। ਉਸ ਤੋਂ ਬਾਅਦ ਮੇਰੇ ਘਰਦਿਆਂ ਨੇ ਮੈਨੂੰ ਮੁੱਲਾਪੁਰ ਥਾਣੇ ਵਾਲਿਆਂ ਨੇ ਫੋਨ ਕੀਤਾ, ਔਰ ਮੈਨੂੰ ਜਿਹੜੇ ਸਾਡੇ ਵਾਰਡ ਦੇ ਹਰਪ੍ਰੀਤ ਆਂਟੀ ਆ ਅਤੇ ਸੁਖਵਿੰਦਰ ਸਿੰਘ ਗਿੱਲ ਮੈਨੂੰ ਉੱਥੋਂ ਜਾ ਕੇ ਲੈ ਕੇ ਆਏ। ਉਹਨਾਂ ਨੇ ਸਾਡੇ MLA ਸਿਮਰਜੀਤ ਸਿੰਘ ਬੈਂਸ ਨਾਲ ਗੱਲ ਕੀਤੀ ਵੀ ਇੱਦਾਂ ਕਰਕੇ ਬੱਚੀ ਐਡਿਕਟਡ ਆ ਨਸ਼ੇ ਦੀ। ਇਹਨਾਂ ਨੇ ਮੈਨੂੰ ਸਿਵਲ ਹੋਸਪਿਟਲ ਲੈ ਕੇ ਗਏ, ਸਿਵਲ ਹੋਸਪਿਟਲ ਤੋਂ ਰੈਫਰ ਕੀਤਾ ਕਪੂਰਥਲਾ। ਕਪੂਰਥਲੇ ਜਾ ਕੇ ਜੋ ਕਿ ਮੇਰੀ ਹਾਲਤ ਬਹੁਤ ਜ਼ਿਆਦਾ ਖਰਾਬ ਹੋ ਚੁੱਕੀ ਸੀਗੀ, ਉਹਨਾਂ ਨੇ ਮੈਨੂੰ ਡਾਕਟਰਾਂ ਨੇ ਜਵਾਬ ਦੇ ਦਿੱਤਾ। ਉਸ ਤੋਂ ਬਾਅਦ ਘਰਦਿਆਂ ਨੇ ਸੰਪਰਕ ਕੀਤਾ ਸਾਡੇ MLA ਸਿਮਰਜੀਤ ਸਿੰਘ ਬੈਂਸ ਨਾਲ, ਇਹਨਾਂ ਨੇ ਮੈਨੂੰ ਰੈਫਰ ਕਰਵਾਇਆ ਅੰਮ੍ਰਿਤਸਰ ਗੁਰੂ ਨਾਨਕ ਹੋਸਪਿਟਲ, ਜਿੱਥੇ ਕਿ 6 ਦਿਨ ਮੈਂ ਵੈਂਟੀਲੇਟਰ 'ਤੇ ਰਹੀ ਹਾਂ। ਮੇਰਾ ਬੱਚਾ ਬਿਲਕੁਲ ਡੈੱਡ ਹੋ ਚੁੱਕਾ ਸੀਗਾ। ਵੈਂਟੀਲੇਟਰ ਤੋਂ ਬਾਅਦ ਜਦੋਂ ਮੈਂ ਥੋੜ੍ਹਾ ਜਿਹਾ ਠੀਕ ਹੋਈ ਤਾਂ ਮੈਨੂੰ ਫਿਰ 26 ਦਿਨ ਘਰਦਿਆਂ ਨੇ ਕਪੂਰਥਲਾ ਨਸ਼ਾ ਛੁਡਾਓ ਕੇਂਦਰ 'ਚ ਰੱਖਿਆ, ਕਿਉਂਕਿ ਉੱਥੋਂ ਮੈਂ ਠੀਕ ਹੋਈ। ਮੈਂ ਨਹੀਂ ਚਾਹੁੰਦੀ ਕਿ ਪੰਜਾਬ ਦੇ ਮੁੰਡੇ ਕੁੜੀਆਂ ਕਿਸੇ ਦੀ ਵੀ ਜ਼ਿੰਦਗੀ ਖਰਾਬ ਹੋਵੇ, ਕਿਉਂਕਿ ਮੈਨੂੰ ਤਾਂ ਜਿਹੜੇ ਨਾਤਾ ਕਿ ਉਹਨੂੰ ਸਖ਼ਤ ਤੋਂ ਸਖ਼ਤ ਸਜ਼ਾ ਹੋਣੀ ਚਾਹੀਦੀ ਆ। ਕਾਰ ਸਾਹਿਬ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਹਿਰਾ ਸਾਹਿਬ ਬੜੀ ਡਿਟੇਲ ਦੇ ਵਿੱਚ ਸਾਰਾ ਕੁਝ ਦੱਸ ਕੇ ਗਏ ਆ ਕਿ ਕਿਵੇਂ ਕੈਪਟਨ ਅਮਰਿੰਦਰ ਸਿੰਘ ਜੀ ਹੋਰਾਂ ਨੇ ਸਹੁੰ ਚੁੱਕੀ ਪਵਿੱਤਰ ਗੁਟਕਾ ਸਾਹਿਬ ਮੱਥੇ ਨੂੰ ਲਾ ਕੇ, ਅਤੇ ਪੰਜਾਬੀਆਂ ਨੇ ਟਰੱਸਟ ਕਰ ਲਿਆ ਉਹਨਾਂ 'ਤੇ, ਯਕੀਨ ਕਰ ਲਿਆ, ਵਿਸ਼ਵਾਸ ਕਰ ਲਿਆ ਵੀ ਕੈਪਟਨ ਅਮਰਿੰਦਰ ਸਿੰਘ ਜਿਹੜੇ ਪਹਿਲੇ 5 ਸਾਲ ਲੱਗ ਗਏ ਸੀ, ਸ਼ਾਇਦ ਉਹਨਾਂ ਦੇ ਵਿੱਚ ਉਹੀ ਕਿਤੇ ਕਣ ਬਾਕੀ ਹੋਵੇ, ਅਣਖ ਹੋਵੇ ਉਹਨਾਂ ਦੇ ਵਿੱਚ।
हर चार हफ्ते, चार हफ्तों तो बाद 14 महीने, 14 महीनों के समय के बीच 2 महीने जो एस टी एफ बनया ना, सच्ची गल कहण दे विच कोई गुरेज नहीं गा, जो एस टी एफ फॉर्म किया 2 महीने नशा व्यापारियों के मन के अंदर एक डर ते सहम जरूर पैदा होया सी, थोड़ा जा नशे के उत्ते आउं लग्या सी भी कंट्रोल होना शुरू होया, सप्लाई शॉर्ट हो गई, नशे के रेट बढ़ गए, सप्लाई शॉर्ट हुई तो रेट बढ़े, पर उस तो बाद दे विच कैप्टन अमरिंदर सिंह होरां दी पता नहीं की मजबूरी सी कि उन्होंने अपने द्वारा एस टी एफ बनाए हुए ढांचे के उत्ते अपने द्वारा खड़ी की एक एजेंसी के पावर के उत्ते कट लाना शुरू करता, कैंची फेरनी शुरू करती, उही एस टी एफ हरप्रीत सिद्धू जी की वो तारीफ करते नहीं सी थकते, तो वह सारा कुछ परदे के पिछे की हैगा। तो हुण बेबसी का आलम कहांगे, बेबसी का आलम, मैं परसों सोशल मीडिया के उत्ते एक अपील की भी असी करिए कि पंजाब के लोग, पंजाब का वो सूरवीर नौजवान जिहड़ा अपनी सूरवीरता ते बहादुरी करके जाणिया जांदा, उहदे च हिंदू मुस्लिम सिख नहीं, पंजाबी, ते अज साडा उही पंजाबी जिहड़ा उह डीफेम होया है सोशल मीडिया के उत्ते, वीडियो वायरल हो रहा, फोटोआं वायरल हो रही ने, बुरा हाल होया पिया, कीता की जावे। मैं भी अपील की, खहरा साहब भी, सारिआं ने अपील की भी जिहड़ी हुण समाजिक शर्म हैगी है ना, किसी परिवार का कोई नौजवान बच्चा बच्ची नशे दे करके चले जांदा तो वह अपनी समाजिक बेइज्जती समझते सी, इनसल्ट समझते सी भी ये साडी बहुत वड्डी बेइज्जती होगी, तो अज्ज पंजाब नूं बचाउण वास्ते जिहड़ी परिवारक बेइज्जती आपां समझदे ना, अज्ज उहनूं छड्ड दिओ कि असीं पंजाब नूं बचाउणा, असीं पंजाब दे नौजवान बच्चे बच्चियां नूं बचाउणा, इस करके असीं जिहड़ी ये साडी समाजिक बेइज्जती वाला सी ये तलांजली देती, तो असी मीडिया के सोशल मीडिया के उत्ते एक्सपोजर करिए, वध तो वध बहुत सारे रिपोर्टर साहबाना ने भी इस उत्ते बहुत वधिया वधिया उन्होंने भी बोल्ड स्टैप लाए, मैं ऋणी हाँ उन्हों का, तुहाडा सारिआं दा ऋणी है, तो कि जदों असी इहनूं एक्सपोज करांगे ना, आ पिछले 5-4 दिनों के बहुत वड्डे वड्डे खुलासे होए, तो सरकार जिहड़ी 4 हफ्तों के नशा मुक्त करन दी सहुं चुकण तो बाद कुंभकर्णी नींद सुती पई सी ना, कि उहदी हल्की जी नींद जागी जरूर है, हल्का जिहा उन्होंने पिंच जरूर होया भी हाँ ये की हो रहा। तो मैं कैप्टन अमरिंदर सिंह जी होर सेहत महकमे के अंदर ब्रह्म महिंद्रा जी का एक बहुत वड्डा जिहड़ा रैकेट चलता, जिन्हें पंजाब के अंदर प्राइवेट नशा मुक्ति केंद्र स्थापित किए आ, आर बार बायोटेक, मैं खुलासा किया, मैं 5-6 दिन साढ़े अपोजिशन लीडर इन्हों ने भी बड़ा यतन किया भी सीएम साहब इस अत्यंत गंभीर मसले के उत्ते साडी गल सुन लैन, साडियां गल्लां दे विच जिहड़े साडे कोले पुख्ता सबूत प्रूफ हैगे साडे कोलों लै लैन। पंजाब दे अंदर एक पासे नशा छड़ाऊ केंद्रां दे विच आर बार बायोटेक, मैं कहना तुसीं जाके तसदीक ते चैक कर सकदे हो कि नशा छड़ाऊ केंद्रां दे विच आर बार बायोटेक की परचेज किन्नी हैगी, मैं तो नहीं वह झूठ, मैं उन्होंने परचेज रजिस्टर नहीं बनाए, तो असीं इस अत्यंत गंभीर मसले के उत्ते मिलना चाहते सी बट मिले नहीं सन। अज कड़ी दे नाल कड़ी जुड़ती है, अज पंजाब दे विच चिट्टा क्यों नहीं घट रहा, चिट्टे नूं खत्म करन दे नाम दे उत्ते सेहत महकमे दे अंदर एक मेडिसिन माफिया स्थापित हो गया, जिहदी अगवाई मैं तां फिर कहूँगा ब्रह्म महिंद्रा जी प्रैस नूं कह गए भी मैं बैंस दे उत्ते 15 दिन के अंदर अंदर कहिंदा प्रूफ कर देवे, नहीं 15 दिन के अंदर अंदर डेफामेशन कर देनी है, डेफामेशन नहीं की, मैं CBI नूं कंप्लेन लिखी, मुख्यमंत्री जी नूं कंप्लेन लिखी, मुख्यमंत्री जी दे OSD साहब मैनूं फोन करके कहिंदा जी समां तां है नहीं, तुसीं सानूं ही गल दस दिओ सारी, मैं अपनी उह चिट्ठी कंप्लेंट दे रूप दे विच भेजती, मैं ब्रह्म महिंद्रा जी नूं मैनूं CBI तो टाइम नहीं मिलिया, नहीं कोई गल हुई, मैं कहा भी वो मेरे ते डेफामेशन करनगे, तो मैं अदालत दे अंदर एक एक सबूत प्रूफ देंगा कि मेडिसिन माफिया नशा मुक्ति बैनर के नाम हेठ पंजाब नूं चिट्टे दे चुंगल चों कढ़न दे नाम हेठ अज मेडिसिन माफिया बन गया। सो आ परिवार जिहड़ा मेरे नाल लुधियाणे तो आया ना, ये नौजवान बच्ची हैगी है, उम्र मेरा ख्याल 24-25 साल के करीब आ, इहदे पेरेंट्स मेरे को मेरे दुगरी इलाके के रहन वाले आ, इहदे पेरेंट्स मेरे को, मैं तुहानू संखेप दे विच इहदी कहानी दसन लग्या कि कहानी की है, इहदे पेरेंट्स मेरे को आउंदे आ, बच्ची नू यतन करके 4 महीनों की प्रैगनेंसी के स्टेटमेंट जिहड़ा तुहानू सारिआं नू वंडणा मनीष जी ने आके उहदे विच टोटल इहने अपने हाथ नाल जो इहदे नाल हड्ड बीती हुई है ना